ਤੇ ਮੱਲਮਾਤਾ ਅੱਛਾ ਤੇ ਰਸ਼ੋਮਾਤਾ ਦੀ ਵੱਡੀ ਭੈਣ ਹੈ ਵੀ ਸ਼ਮਾ ਕਾਲੀ ਹੈ ਇਹ ਜੰਬੇ ਦਾ ਦੀ ਇਹਨੂੰ ਲੈ ਆਪੇ ਮੈਂ ਧੋਲੇ ਪਾਣੀ ਜੁਥੇ ਰਹੁੰਦੀ ਨਹੀਂ ਤਾਂ ਮੇਮੀ ਤੇ ਕਰਨਾ ਜਾਣਾ ਇਹ ਤਰੇ ਭੈਣਾਂ ਇਕੱਠੀਆਂ ਹਨ ਮਹਾ ਲਕਸ਼ਮੀ ਮਹਾ ਕਾਲੀ ਮਹਾ ਸਤਿ ਇਹ ਕੁੰਡੇ ਬਲੀ ਕੁੰਡੀਸੀ ਬੋਲਦੇ ਬਲੀ ਕੁੰਡੇ ਅੱਛਾ ਇਸੇ ਪਰਦੇ ਕਹਦੇ ਕੰਨ ਇਹ ਖੂਨ ਪਾਉਂਦੇ ਇਦੇ ਜੇ ਖੂਨ ਨਨੇ ਹਪਰੋਂਦਾ ਹੈ ਅੱਛਾ ਬੱਕਰੇ 700 ਬੱਕਰਾ ਕੱਢੋ ਖੂਨ ਪਾਓ ਪਰੋਂਦਾ ਨੇ ਆ ਪਾਣੀ ਕੁਲੀਟਰ ਬਾਉਦ ਪਰੋਂਦਾ ਅੱਛਾ ਇਹ ਮਰੇ ਕੁ 60 ਸਾਲ ਹੋਈਏ ਬਲੀ ਬੰਦੂ ਦੇ ਇੱਥੇ ਪਹਿਲੇ ਬੱਕਰੇ ਚੜਦੇ ਸੀ ਅੱਛਾ ਮਾਤਾ ਦੇ ਚੜਾ ਇੱਥੇ ਅੱਛਾ 70 ਸਾਲ ਹੋਏ ਬੰਦ ਹੋਈ ਬੰਦ ਹੋ ਗਿਆ 60 ਸਾਲ ਹੋਈਏ ਉਹਦੇ ਵਿੱਚ ਜਿੰਦੇ ਚੜਾ ਲੇ ਨਾ ਵੱਡੇ ਨਾ ਬੰਦ ਹੈ ਅੱਛਾ ਸੁਖਰਾਲਾ ਮਾਤਾ ਦੇ ਮੰਦਰ ਦਾ ਜਿਹੜਾ ਪ੍ਰਵੇਸ਼ ਦੁਆਰ ਹੈ ਉਥਾ ਸਕਰੋਤੇ ਦਿਆਂ ਇਹ ਸੀੜੀਆਂ ਚੜੀਏ ਤੁਸੀਂ ਮਾਤਾ ਜੀ ਦੇ ਮੰਦਰ ਦਾ ਅੰਦਰ ਪ੍ਰਵੇਸ਼ ਕਰਨਾ ਹੈ ਬੜੀ ਖੂਬਸੂਰਤ ਜਗਾ ਹੈ ਬਾਹਰੋਂ ਤੁਸੀਂ ਦਿਖਾ ਕਰਦੇ ਹੋ ਕਿ ਮਾਂ ਦੇ ਚਿੱਤਰਨ ਇਹ ਰੱਖੇ ਗਏ ਨੇ 바ਵਾ ਕਾਲੀ ਵੀਰ ਤੁਸੀਂ ਦਿਖਾ ਕਰਦੇ ਹੋ ਮਾ ਦੁਰਗਾ ਹੈ ਬਾਕੀ ਜਿਹੜੇ ਦੇਵੀ ਦੇਵਤੇ ਦੇ ਫੋਟੋ ਇਹ ਬਾਹਰ ਰੱਖੇ ਗਏ ਨੇ ਔਰ ਜਿਹੜੇ ਵੀ ਸ਼ਰਧਾਲੂ ਜੰਮੂ ਖੇਤੇ ਤੋਂ ਆਉਂਦੇ ਨੇ ਜਾਂ ਬਾਹਰਲੀ ਇਹ ਰਿਆਸਤਾਂ માં ਇੱਥੇ ਮਾਂ ਦੇ ਦਰਸ਼ਨੇ ਕੀਤਾ ਹੁੰਦੇ ਨੇ ਉਹ ਇੱਥੋਂ ਇਹਨੇ ਚੀਜ਼ੇ ਗਈ ਆਪਣੇ ਕਰਨ ਲਈ ਹੈ ਆਪਣੇ ਆਪਣੇ ਰਿਆਸਤਾਂ 'ਚ ਵਾਪਸ ਟੁਰ ਜੰਦੇ ਨੇ ਲਗਭਗ 700 ਸਾਲ ਪੁਰਾਣਾ ਇਹ ਮੰਦਿਰ ਹੈ ਇਤਿਹਾਸਕ ਹੈ ਔਰ ਔਰ ਜਿਹੜੀ ਜਾਣਕਾਰੀ ਹੈ ਇਸ ਮੰਦਿਰ ਦੇ ਬਾਰੇ 'ਚ ਆਓ ਅੰਦਰ ਜੀ ਆ ਪੁਜਾਰੀ ਹੁੰਦੇ ਕੋਲੇ ਲੈਣੇ ਆ ਮਾਂ ਸੁਕਰਾਲਾ ਜੀ ਦੇ ਮੰਦਰ ਦਾ ਅੰਦਰ ਅਸ ਪ੍ਰਵੇਸ਼ ਕਰੀ ਚੁੱਕੇ ਦਿਆਂ ਤੁਸੀਂ ਅੰਦਰ ਦਿਖਾ ਕਰਦੇ ਹੋ ਕਿ ਮਾਤਾ ਜੀ ਦੀ ਜਿਹੜੀ ਮੂਰਤੀ ਹੈ ਉਹ ਸਾਹਮਣੇ ਤੁਸੀਂ ਕੀ ਲੱਭਾ ਕਰਦੀ ਹੈ ਔਰ ਉਸ ਦੇ ਪਿੱਛੇ ਮਾਂ ਕਾਲੀ ਜੀ ਦੀ ਮੂਰਤੀ ਵੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਦੀ ਹੈ ਮਾਂ ਸਰਸਵਤੀ ਦੀ ਮੂਰਤੀ ਵੀ ਅੰਦਰ ਗਏ ਸਥਾਪਿਤ ਕੀਤੀ ਗਈ ਦੀ ਹੈ ਤੇ ਪੁਜਾਰੀ ਹੁੰਦੇ ਕੰਨਾ ਆ ਗੱਲਬਾਤ ਕਰਨਿਆ ਜਗਦੇਵ ਰਾਜੌਰ ਸਾਰੇ ਕੰਨਿਆ ਨੇ ਤੋਂ ਪ੍ਰਣਾਮ ਪੁਜਾਰੀ ਜੀ ਜੀ ਜਮਾਤ ਦੇ ਮਹਾਰਾਜ ਤੇ ਤੋਂ ਸ ਥੋੜਾ ਜਿਹੜੇ ਸਾੜਾ ਇਹ ਦਿਖਾ ਕਰਦੇ ਨੇ ਮਾਂ ਦੇ ਮੰਦਿਰ ਕੀ ਇਹਦੇ ਇਤਿਹਾਸ ਦੇ ਬਾਰੇ ਥੋੜਾ ਉਹਨੇ ਦੱਸੋ ਸਾਡੇ ਬਜ਼ੁਰਗ ਜਿਹੜੇ ਨੇ ਦੋ ਭਰਾ ਇਹ ਜਿਹੜਾ ਵੱਡਾ ਹਉ ਦਾ ਘਰ ਕੋਈ ਬੱਚਾ ਨਾ ਹਾਂ ਜਿਹੜਾ ਛੋਟਾ ਹਉ ਦਾ ਦੋ ਤਰਾ ਮੁੜਿਆ ਹੈ ਵੱਡੇ ਨੇ ਦਿਖਿਆ ਵੀ ਮੇਰੇ ਅੜੇ ਭਾਈ ਆ ਮੇਰੀ ਪਰਵਿਸ਼ ਕਰਨ ਵਾਲਾ ਕੋਈ ਨੂੰ ਨੂੰ ਭਰਾ ਦਾ ਮੁੜਾ ਇੱਕ ਮੰਗੀ ਹਲੇ ਆ ਸ਼ਾਤਰੀ ਕਾ ਛੋੜਿਆ ਅਪਰਨਸੀ 13 ਤੇ ਆ ਚੰਦੀ ਪੜਾਈ ਇੱਕ ਦਿਨ ਦੀ ਪ੍ਰੀਖਿਆ ਲਗੇ ਲੈਣਾ ਸ਼ਾਤਰੀ ਹੋਰ ਬਿਠੇ ਪਿਓ ਵੀ ਬਿਠਾ ਜਿੰਨੇ ਤਾਇ ਨੇ ਮੰਗੀ ਜਲੇਤਾ ਬਿਠਾ 13 ਮੇ ਤੇ ਆ ਵਸੇ ਲੋਕ ਪੁੱਛਿਆ ਉਸੇ ਬੱਚੇ ਜਿਹੜਾ ਸ਼ਰੋਗ ਪੁੱਲੀ ਦੀ 12 ਸਾਲ ਦੀ ਉਮਰੀ ਸੀ ਤਾਇੇ ਕੀ ਕਰੋਦ ਆਈ ਜਾਵੇ ਮੈਂ ਇਨਾ ਖਰਚਾ ਕੀਤਾ ਇਹਦਾ ਪਰ ਇਸੇ ਕਿਸ਼ਣਿਆ ਹੁੰਦਾ ਉਹਨੂੰ ਲੱਕੜੀ ਦੀ ਖੜਾਉ ਪੈਰਾਂ ਲੱਗਦੀ ਸੀ ਕ੍ਰੋਧ ਆਇਆ ਮੱਥੇ ਹੀ ਮਾਰੀ ਤੀ ਮੱਥੇ ਦਾ ਖੂਨ ਜਲ ਪਿਆ ਸਾਧੂ ਉਹਦੀ ਛੱਟੀ ਨਾਦਾ ਛਾਦਾ ਖੀਰ ਭਵਾਨੀ ਦੇ ਮੰਦਰ ਜਾਦੀ ਹੁੰਦਾ ਕੰਨਾਉ ਮੂੜਾ ਚਲੀ ਜਾਂਦਾ ਸੀ ਕਿਉਂ ਘਰ ਕੁਦੇ ਪਤਾ ਨਹੀਂ ਤੇ ਪਿੱਛੇ ਤੋਂ ਉਧਰੇ ਕੋਈ ਪਤਾ ਨਹੀਂ ਚਲਿਆ ਸਾਧੂ ਉਹਦੀ ਛੱਟੀ ਨਾਦਾ ਛਾਦਾ ਖੀਰ ਭਵਾਨੀ ਦੇ ਮੰਦਰ ਜਾਦੀ ਹੁੰਦਾ ਕੰਨਾਉ ਚਲੀ ਜਾਂਦਾ ਉਹ ਤਾਂ ਖੀਰ ਭਵਾਨੀ ਦੇ ਮੰਦਰ ਜਾਈਆ ਬਈਏ ਤਾਂ ਉਹ ਸਾਧੂ ਬੋਲੇ ਪੰਦੇ ਜੀ ਖੀਰ ਭਵਾਨੀ ਜਿਹੜਾ ਕਸ਼ਮੀਰ ਚਾਹ ਕਸ਼ਮੀਰ ਚ ਅੱਛਾ ਉਹਦਾ ਪੇੜਾ ਛੇੜਾ ਚਾੜੀਉ ਨੇ ਸਾਧੂ ਬੋਲੇ ਪੰਡਿਤ ਜੀ ਚਲੋ ਬਾਹਰ ਪਕਰਮਾਲੇ ਚ ਹਾਂ ਚਲੋ ਸਾਧੂ ਬਾਹਰ ਪਕਰਮਾਲੇ ਪਹਿਲਾਂ ਤਾਂ ਉਹਨੂੰ ਪ੍ਰਾਨਕੀਤਾ ਪੇ ਮਦਰਣੀਏ ਮੈਂ ਕਿਸੇ ਤਰੀਕੇ ਘਰ ਜਾ ਨਹੀਂ ਸਕਦਾ ਮੇਕੀ ਦਰਸ਼ਨ ਤਾਂ ਮੈਂ ਨਾ ਉਹ ਦਿਨ ਇੱਕੇ ਚੱਪੀ ਦੇ ਪਾਰ ਬੈਠਾ ਰਵਾਂ ਤੇਰਾ ਆਬਨ ਕਰਾਂ ਤੇ ਉਹਨੂੰ ਇੱਕੇ ਚੱਪੀ ਦੇ ਪਾਰ ਬੈਈਏ ਬੂਗਾ ਬੰਦ ਕਰੀਤਾ ਰਾਤੇ ਆਏ ਜੀ ਸਲਾਦਾ ਸ਼ਾਖਾ ਜਿਹੜੀ ਅਸਰੀ ਹੋਲੀ 33 ਪਰ ਵੀ ਜੀ ਨੇ ਉਹਨ ਸੱਜਾ ਪੱਟਾ ਪਰ ਵੀ ਜੀ ਇਸਾਰਸ ਮੂਈ ਮੈਂ ਇਲਾ ਚੁਲਾ ਨਹੀਂ ਰਿਓਲੀ ਚੱਲੀ ਉਹ ਹੀ ਰਾਵਨ ਉਹਲਾ ਦਿਨ ਆਪਣੇ ਸ਼ੁਰੂ ਕਰੀਤਾ 11 ਤਿਆ ਚੰਡੀ ਦੇ ਇਹ 12ਵਾਂ ਤਿਆ ਜਿਲਾ ਸ਼ੁਰੂ ਹੋਇਆ ਤਾਂ ਉਦੇ ਸ਼ਾਭਨ ਦੀ ਸਮਗਰੀ ਖਤਮ ਹੋਈ ਜੀ ਮਾਧਰਾਣੀ ਦੀ ਪ੍ਰੀਖਿਆ ਲਗੀ ਲਾਣ ਤੇ ਉਹਨੂੰ ਬੁਰਾਣ ਕੀਤਾ ਤਾਂ ਆਪੇ ਮੈਂ ਬਾਹਰ ਅੰਦਰ ਜਾ ਨਹੀਂ ਸਕਦਾ ਛਾਕਾ ਮੇਰੇ ਖੱਬੇ ਪੱਟੇ ਰ ਉਹ ਮੈਂ ਉਹ ਆਪਣੇ ਕੋ ਤੇ ਲੈ ਨਹੀਂ ਸਕਦਾ ਉਹਨੂੰ ਖੱਬੇ ਪੱਟੇ ਦਾ ਮਾਸ ਵੱਢਣਾ ਉਤੀ ਦੇ ਦਿੰਦੇ ਇਸ ਤਰੀਕੇ ਕਰਨ ਮੈਂ 12 ਮਾ 13 ਮਾ ਤਿਆ ਪੂਰਾ ਕੀਤਾ ਜਿਲਾ ਪੂਰਨ ਹੋਤੀ ਦਾ ਟਾਈਮ ਆਇਆ ਨੇ ਰੇਲੇ ਸਵਾਰੀ ਦੀ ਪੂਜਾ ਕਰਨੀ ਹੁਣ ਆਪਣੇ ਸਿੱਧੀ ਪੂਜਾ ਕੀਤੀ ਸ਼ਾਨ ਦਿੱਤਾ ਤੂ ਹੁ ਟਿਕਾ ਦੇਈਏ ਤੇ ਖੰਡਾ ਆਪਣੀ ਕਰਦੇ ਉਪਰ ਰੱਖਿਆ ਪੈ ਸ਼ੀਸ਼ ਕੱਟੀਏ ਮੈਂ ਪੂਰਨauti ਚ ਪਾਇਦਾ ਨਾ ਮੇਰਾ ਸਰੀਰ ਕਿਸੇ ਕੰਮ ਦਾ ਨਹੀਂ ਰਿਹਾ ਡੀਆਂ ਦਾ ਢਾਂਚਾ ਮੈਂ ਦੁਰਗਾ ਦਾ ਨਿਮਿਤ ਦੇਈਏ ਨਾ ਜਿਲਾ ਖੰਡਾ ਕਰਦੇ ਉਪਰ ਰੱਖਿਆ ਦਾ ਦੁਰਗਾ ਸਾਖਿਆਤ ਪ੍ਰਗਟ ਹੋਈ ਉਹ ਨਗਲਿਆ ਬ੍ਰਾਹਮਣ ਆਤਮਾ ਤਿਆਨੀ ਕਰ ਬਾਰਬਰੂਈ ਬਾਰਬੰਗ ਦੋ ਤੂ ਜਾਨਾ ਮੈਂ ਤੂ ਕੀ ਦੇਣੇ ਤਿਆਰ ਮੈਂ ਤੇਰਾ ਪਰ ਖੁਸ਼ ਹਾਂ ਮੈਂ ਕਿ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਸਿਰਫ ਦੇਵੀ ਦੇ ਦਰਸ਼ਨ ਚਾਹਨਾ ਦੇਵੀ ਤੇ ਮੈਂ ਇਹੀ ਆ ਤੂੰਗਾ ਤੇ ਮੇਰੇ ਦਰਸ਼ਨ ਤੇ ਚਤਰਬੂਈ ਬਣੀਏ ਸ਼ੇਧੀ ਸਵਾਰੀ ਖੜੋਈ ਕੀ ਦਰਸ਼ਨ ਦਿੱਤਾ ਫਿਰ ਇਹ ਉਹਨੂੰ ਗਲਾਇਆ ਵੇ ਕੋਈ ਬਾਰ ਮੰਗੋ ਉਹਨੂੰ ਗਲਾਇਆ ਮੈਂ ਕਿ ਕੋਈ ਸੇ ਚੀਜ਼ਾਂ ਜ਼ਰੂਰਤ ਨਹੀਂ ਮਾਤਾ ਨੇ ਖੁਸ਼ ਹੋਈ ਗਿਆ ਸੀ ਆਪਣੀ ਮਰਜ਼ੀ ਕਰਨਾ ਚਾਰ ਵਰਦਾਨ ਦਿੱਤੇ ਪੰਡਤ ਉਹ ਕਵੀ ਉਹ ਸ਼ਾਂਤਰੀ ਉਹ ਤਾਂਤਰ ਕੀ ਹੋ ਜਾ ਹੈ ਅੱਜਾ ਲਈ ਹੈ ਮੈਂ ਚੌਥੀ ਪੀੜੀ ਤੇਰੇ ਘਰ ਬਾਸ ਕਰ ਗਈ ਸਾਰੇ ਘਰ ਦੇ ਨਾ ਉਹ ਕਾਸ਼ੀ ਦੇ ਉਹ ਕਾਸ਼ੀ ਚਲੀ ਗਿਆ ਉਹ ਪੰਦੇ ਤੇ ਉਥੇ ਜਾਈਏ ਤੇ ਉਹ ਰਾਜੇ ਕੋਲ ਆਇਆ ਭਈ ਮੈਂ ਕਿ ਕੋਈ ਐਸੀ ਜਗਾ ਲਿਖੀ ਰਿਓ ਜਿੱਥੇ ਮੈਂ ਕਾਂਤਬਈ ਜੀ ਆਪਣਾ ਭਜਨ ਪਾੜ ਪੂਜਾ ਕਰਾਂ ਰਾਜੇ ਨੇ ਜਗਾ ਲਿਖੀ ਹੈ ਇੱਥੇ ਚਾਰੋਂ ਤਰਫ ਜੰਗਲੀ ਜੰਗਲਾ ਉਹ ਲਗਾ ਕੇ ਉਸ ਵੇਲੇ ਇਸ 18 ਦਾ ਕੀ ਨਾਂ ਹ ਇਹਦਾ ਨਾਂ ਪੈਦਾ ਨਹੀਂ ਹਾਲ ਅੱਛਾ ਇਹ ਜੰਗਲਾ ਜੰਗਲਾ ਤੇ ਇਹ ਮੰਦਿਰ ਜਿਹੜਾ ਉਹਦੀ ਇਹਦੀ ਸਥਾਪਨਾ ਕਰ ਦੂਗਾ ਇੱਥੇ ਮੈਂ ਸਰਾਨਾ ਵੇਹ ਇਹਦਾ ਉਹ ਜੰਗਲਾ ਹਪੀ ਰੂਨਗਲਾ ਮੈਂ ਉਸ ਜੰਗਲਾ ਚ ਵੇਈ ਨਹੀਂ ਸਕਦਾ ਕੋਈ ਮੇ ਕੀ ਹੋਰ ਜਗਾ ਲਿਖ ਰਿਓ ਦੁਬਾਰਾ ਲਗੇ ਲਿਖਣ ਦਾ ਜੇ ਰਾਜੇ ਦੇ ਜੀ ਬਾਪਰ ਵੇਗੀ ਜਾਬ ਬ੍ਰਾਹਮਣ ਉਥੇ ਸੁਨਣਾ ਚਾਂਦੀ ਕੇਸਰ ਪੈਦਾ ਹੋ ਜੀ ਲੈ ਇੰਨੀ ਗੱਲ ਕਰਦੇ ਹੋ ਤਾਤਰਕ ਵਿਦਿਆ ਜਾਣਦਾ ਹੁਣ ਲਾਇਆ ਦੁਰਗਾ ਜਿਹੜੀ ਪ੍ਰਗਟ ਕਰਨੀ ਹੈ ਮੈਂ ਹੀ ਕਰਨੀ ਹੈ ਚੌਥੀ ਪੀੜੀ ਮੇਰੀ ਹੋਣੀ ਹੈ ਕਾਸ਼ੀ ਦਾ ਚਲੀ ਜਾ ਉਹਨੂੰ ਇਸ ਜੰਗਲਾ ਚ ਉਹਨੂੰ ਆਪਣਾ ਭੈਣ ਪਾੜ ਪੂਜਾ ਕਰਨ ਨਾਲ ਉਹ ਇਲਕ ਦੀ ਆਪਣੇ ਘਰ ਜਾ ਰਹਿਣਾ ਇੱਕ ਦਿਨ ਸੋਚਿਆ ਵੀ ਮੇਰੀ ਭੈਣ ਪਾੜ ਪੂਜਾ ਕਰਨੇ ਅੱਜ ਜਗਾ ਮੈਂ ਬਾਹਰੇ ਹਾਉਨ ਦਾ ਪਾਣੀ ਲੈ ਆਉਣਾ ਤਾਂ ਅਪਵਿੱਤਰ ਵੀ ਹੋ ਜਾਂਦਾ ਉਹ ਜਿਹੜੀ ਸੁਰਸਦੀ ਮੋਤੀ ਹੈ ਇੱਥੇ ਸਲਾਬ ਜਾਣਾ ਹਾ ਜੰਗਲ ਹਾ ਤਾਂ ਸਲਾਬ ਹਾ ਤੇ ਚਮੇਲੀ ਦਾ ਬੂਟਾ ਹਾ ਉਹਨਾਂ ਕੋਲ ਇੱਥੇ ਪਾਣੀ ਨਿਕਲੀ ਜਾਣਾ ਉਹ ਲੱਗੇ ਬੋਲੀ ਬਣਾਣ ਇੱਥੇ ਇਹ ਜਿਹੜੀ ਚਾਂਦੀ ਦਾ ਕਟੂਰਾ ਹਾਂ ਚੋਕੀ ਉੱਪਰ ਇੱਥੇ ਲੱਗੇ ਬੋਲੀ ਬਣਾਣ ਤੇ ਪਾਣੀ ਨਿਕਲੇ ਜਿਸਲਾ ਬੋਲੀ ਲੱਗੇ ਬਣਾ ਤੇ ਇਹ ਦੁਰਗਾ ਆਪ ਸ਼ੰਭੂ ਹੈ ਆਪ ਉਤ ਬੀਚਾ ਬੋਲੀ ਬੀਚਾ ਬਰਕਟ ਹੋਈ ਹੈ ਅੱਛਾ ਆਪਣੇ ਆਪਸ਼ੇ ਕੂਨ ਬੋਲੀ ਹੈ ਬੋਲੀ ਨਹੀਂ ਨਾ ਪਾਣੀ ਹੁਣ ਤਾਂ ਅੱਲਾ ਚੱਲੀ ਇੱਥੇ ਮੰਦਰ ਬਣਿਆ ਨਾ ਵੀਰੇ ਅੱਛਾ ਅੱਛਾ ਫਿਰ ਉਹਨਾ ਬਾਹਰ ਕੱਢੀ ਜੀ ਲਾਜਤਾ ਭਜਣਾ ਹੁਲਾ ਹੁਣ ਲਾਇਆ ਮੈਂ ਇੱਥੇ ਸਥਾਪਨਾ ਕੁਥਾ ਕਰਨੀ ਹੈ ਇਥੇ ਕੋਈ ਸਾਉਣਾ ਨਹੀਂ ਜੰਗਲਾ ਚ ਤੇ ਜਾਣਾ ਤੇ ਮੈਂ ਬਲੌਰ ਲੈਣਾ ਜੀ ਬਲੌਰ ਦਾ ਨਾਮ ਲਿਆ ਮੂਰਤੀ ਲਗੇ ਚ ਕੋਲ ਲੱਖਾ ਪਾਣ ਪਹਾਰ ਹੋਈ ਗਿਆ ਮੂਰਤੀ ਨਹੀਂ ਜੋਈ ਫਿਰ ਉਹਨਾ ਇਸ ਗੁਨਾ ਉਪਰ ਉਸਲਾ ਉਹ ਗਾ ਜਿਮਾਨਾ ਪੱਥਰ ਪੁੱਤਰ ਕਿਟੇ ਕਿ ਤੇ ਚੌਂਦਰਾਜਨ ਬਣਾਇਆ ਤੇ ਉੱਥੇ ਸਥਾਪਨਾ ਕਰੀਤੀ ਰੋਜ਼ ਪੂਜਾ ਪਾਠ ਕਰੀਆ ਨਹੀਂ ਚੱਲੀ ਜਾਣਾ ਇੱਕ ਦਿਨ ਚੰਬੇ ਦਾ ਰਾਜਾ ਮੇਰ ਸਿੰਘ ਉਹਦੇ ਰਿਸ਼ਤੇਦਾਰੇ ਹੈ ਬਲੌਰ ਉਹ ابوਗਰੀ ਅਕਾਰ ਹੈ ਆ ਦੇ ਉਥੋਂ ਖੇਲਦੇ ਖੇਲਦੇ ਇਸ ਜੰਗਲ ਆ ਚਾਹੇ 300 ਸਵੇਰੇ ਦਾ ਸੀ ਕਿਛਨੀ ਲਬਾ ਸ਼ਾਂਪੇ ਤੇ ਜੰਗਲੀ ਬੱਕਰੀਆਂ ਲਗੀਆਂ ਲੱਣ ਲਗੀਆਂ ਲੋ 360 ਮਾਰੀ ਫਿਰ ਉਹਦੀ ਬਚਨੇ ਮੇਜ ਨਹੀਂ ਤਰਤੀਪੁਰ पे ਕਿ ਅਮੂਸੇ ਤੋਂ ਹੀ ਉਹ ਫਿਰ ਉਹ ਆਇਆ ਜਿਹੜਾ ਸ਼ਿਵਲੰਦਰ ਉਹ ਸਾਡੇ ਬਜ਼ੁਰਗ ਜੀ ਨੇ ਦੁਰਗਾ ਪ੍ਰਗਟ ਕੀਤੀ ਉਹ ਮਗਾਏ ਉਹਨਾਂ ਕੋਲ ਆ ਆਮੇ ਕਿ ਠੀਕ ਕਰੋ ਮੈਂ ਕੋਈ ਬੈਜ ਨਹੀਂ ਕੀਮ ਨਹੀਂ ਚੇਲਾ ਨਹੀਂ ਮੈਂ ਕੀ ਠੀਕ ਕਰਾਂ ਤੁਸੇ ਉਹਨਾਂ ਮੋਰ ਮੁੱਠਾ ਲਿਆ ਫਾਂਡਾ ਕੇ ਲਗੇ ਕਰਨ ਤਾਂ ਉਸੇ ਪੁੱਛਣ ਲਗੇ ਉਹ ਲਗਾ ਗਲਾਂਡ ਪੇਮੀ ਕਿ ਆਧਾਰ ਹੋਈ ਆ ਆਰਾਮ ਹੋਈ ਆ ਇੱਕ 4 ਕਿਲੋਮੀਟਰ ਤੋ ਚੇਲੇ ਦਾ ਘਰ ਆ ਉਹਨਾਂ ਸ਼ਿਵਨੰਦਨ ਹੋਰਾ ਉਹ ਪਿੱਛਾ ਬੱਕਰੀਆਂ ਚਾਰ ਦਾ ਹਜਾਮਾ ਵਿਚਾਰਾ ਤੇ ਉਸੇ ਮਗਾਇਆ ਮਗਾਈਏ ਤਾਂ ਉਹਨਾਂ ਧੂਫ ਲਿਆ ਮਾਦਾ ਨੇ ਸਵਰਛ ਕਰਾਈਆ ਉਸੇ ਚੇਲੇ ਦੀ ਤਾਜੀ ਲੈ ਚੇਲੇ ਦੀ ਤਾਦਾ ਨੂੰ ਅਥੇ ਸਾਤ ਦਿੱਤੀ ਵੀ ਮੈਂ ਜੀਬਾ ਦਾ ਬੋਲੀ ਨਹੀਂ ਸਕਦਾ ਕੰਨਾ ਸੁਣਦਾ ਨਹੀਂ ਮੈਂ ਚੌਕੀ ਕੇ ਲੈਣੀ ਹੈ ਲੈ ਧੂਫ ਦੀ ਤਾਦਾ ਉਸੇ ਜੋਰਾ ਪਰਵੇਸ਼ ਹੋਇਆ ਚੌਕੀ ਆਈ ਜੀਬ ਖੁੜੀ ਗਈ ਦੀ ਉਹਨਾਂ ਆਖਿਆ ਮਾਧਰਾਣੀ ਆਹ ਦੀ ਜਾਪ ਤੂੰ ਮੇਰੇ ਜ 360 ਮੇਰਾ ਵਿਜੜੂ ਮਾਰਿਆ ਮੇਰਾ ਜੰਗਲੇ ਖੇਲ ਦਾ ਹਉਦਾ ਬਦਲਾ ਮੈਂ 360 ਜਿੰਦਾ ਜੀਵ ਸ਼ਿਲਾ ਲੰਗ ਤੇ ਚਾਮੰਦਰ ਬਣਾ ਲੰਗ ਤੈਨੂੰ ਕੁਛ ਔੜਾ ਰਾਜਾ ਲਗਨ ਕਹਨ ਕੈਲੀ ਕਾਂਗੜਨ ਮਾਧਰਾਣੀਏ ਮੇਂ ਕੋਈ ਸਮਰਥਿਆ ਨਹੀਂ ਹੈ ਮੇਰਾ ਰਾਜਪਾੜ ਖਸੋਈਦਾ ਜੇ ਮਿੱਕੀ ਰਾਜਪਾੜ ਤੋਂ ਯਾਗਤ ਮੈਂ ਤੇਰਾ ਮੰਦਿਰ ਵੀ ਉਹਨਾਂਗਾ ਤੇ ਜਿੰਦਾ ਜੀ ਵੀ ਤੇਰਾ ਦੀ ਨੋਏ ਦੋ ਦੋ ਪ੍ਰਾ ਜਿਹੜਾ ਸੁਰਗਵਾਸ ਹੋਈ ਆ ਪਿੱਛੋਂ ਪਤਾ ਆਈਆ ਪੇ ਆਪਣਾ ਰਾਜਪਾਲ ਸੰਭਾਲ ਲੋ ਤਰਾ ਦਿਨਾਂ ਬਾਅਦ ਉਨ ਲਗਾ ਉਹ ਲਗਾ ਲਗਾ ਪੁੱਛ ਰਾਇ ਵੀ ਕਿ ਕੋਈ ਚੰ ਰਾਜਾ ਬੋਲਾ ਪੇ ਮੀ ਕਿ ਕੋਈ ਚਮ ਤਕਾਰ ਦੱਸੋ ਮਾਤਾ ਲਾ ਮੈਂ ਤੁਸੇ ਮਾਤਾ ਕਿੰ ਆ ਮੰਨਾ ਹੈ ਜਿਆ ਦੀ ਖਜਾਈ ਹੈ ਇਸ ਜੰਗਲ ਐ ਚ ਬਿਲਕੁਲ ਸੁਕਰਾ ਬੂਟਾ ਲਸੂੜਾ ਜਿੱਦਾ ਚਾਰ ਚਾਰ ਸਬਜੀ ਬਣਦੀ ਬਿਲਕੁਲ ਸੁਕਰਾ ਬੂਟਾ ਐ ਸੁਕਰੇ ਬੂਟੇ ਮਾਰਾ ਕਰ ਦਿਆਂ ਤਾਂ ਤੁਮੀ ਕੀ ਮੰਗਾ ਬਾਦਰ ਨੇ 2 ਮਿੰਟ ਚੋਂ ਸੁੱਕਾ ਦਾ ਬੂਟਾ ਹਰਾ ਕੀਤਾ ਤਾਂ ਸੁਕਰਾਲਾ ਨਾ ਪੀਆ ਅੱਛਾ ਤਾਂ ਸੁਕਰਾਲਾ ਪੀਆ ਯਾਨੀ ਕਿ ਜਿਹੜਾ ਸੁੱਕਾ ਦਾ ਬੂਟਾ ਹਜਤਾ ਹੈ ਮਾ ਦੀ ਕਿਰਪਾ ਕਰਨਾ ਹਰਾ ਹੋਈ ਹੈ ਯਾ ਤਾਂ ਸੁਕਰਾਲਾ ਨਾ ਪੀਆ ਫਿਰ ਉਸੇ ਅੱਛਾ ਇਹ ਦੋਸੇ ਦੱਸੋ ਪਈ ਇਹ ਮਾਤਾ ਮਲ ਦੀ ਜਗਾ ਨਾ ਮਲ ਦੀ ਅੱਛਾ ਤਾਂ ਮਲ ਵੀ ਆ ਯਾਨੀ ਮਲ ਸੁੱਕਾ ਬੂਟਾ ਹਰਾ ਕੀਤਾ ਤਾਂ ਸੁਕਰਾਲਾ ਨਾ ਪੀ ਗਿਆ ਇਹ ਹੈ ਬੈਸ਼ੋ ਮਾਤਾ ਦੀ ਵੱਡੀ ਭੈਣ ਅੱਛਾ ਫਿਰ ਰਾਜਾ ਚਲੀਆ ਚੰਬੈ ਜਾਈਏ ਰਾਏ ਲੈ ਪਿਆ ਕਰਨਾ ਉਹ ਸੀ ਕੋਈ ਸੁਖਨਾ ਦਾ ਚੇਤਾਲੇ ਰਿਹਾ ਤੇ ਉਹਨਾਂ ਨੂੰ ਪਤਾ ਨਹੀਂ ਕਿ ਨੱਜੇ ਰਹੋ ਦਾ ਮਾਦਾ ਨੇ ਪੀਰੀ ਮੰਜੀਪੁਰਾ ਪਰਤੀਏ ਅੱਲਾ ਸੁਟਿਆ ਉਹਨਾਂ ਕੋਲ ਐ ਮੈਂ ਤੇਰੀ ਟੀਟ ਕਰ ਰਹੀਆਂ ਤੂੰ ਮੇਨਾਂ ਕੇ ਬਾਝਦਾ ਕੀਤਾ ਤੇ ਤੇਰਾ ਮੰਦਰ ਬਣਾਗਾ ਉਸ ਵੇਲੇ ਰਾਜੇ ਜਾਜਾ ਸਾਹੀ ਨਾ ਤਾ ਤੋਤਾ ਆਪਣੇ ਬਾਹ ਦੀ ਕੋੜੀ ਜੋੜੀ ਖੋਲੀ ਬੰਦ ਕੀਤੀ ਰਾਣੀ ਟੀ ਚਕਾਈ ਆ ਪੁਗਾਰਾ ਚੁਕੀ ਆ ਜਦੋਂ ਘਪੜਾਂ ਤੇ ਪਿੱਛੇ ਪਰਿਆ ਲੱਗੀ ਇਸੇ ਮੰਦਿਰ ਅਸਮਾਨ ਪੂਰਾ ਗਾਰਾ ਚੂਨਾ ਪਾਣੀ ਜੋ ਵੀ ਆ ਸਭ ਚੰਬੇ ਦਾ ਲਿਆ ਕੇ ਬਣਾਇਆ ਅੱਛਾ ਚੰਬੇ ਦਾ ਆਂਦਾ ਚੰਬੇ ਦਾ ਪਾਣੀ ਆ ਪੀਰੀ ਆ ਰਹੀਆ ਪੀਰੀ ਬਾਦ ਆ ਗਿਆ ਪ੍ਰਾਰਥਨਾ ਕੀਤੀ ਵੀ ਮਾਦਰਾਨੀ ਜੀ ਮੀ ਕਿ ਮਾਫੀ ਦਿਓ ਇੰਨਾ ਸਮਾਨ ਮੇਸ਼ਾਨੀ ਆਈ ਸਕਦਾ ਤੇ ਬਾਕੀ ਦਾ ਸਮਾਨ ਜਿਹੜਾ ਇੱਥੇ ਹੈ ਪੀਰੀ ਬਾਕੀ ਦਾ ਸਮਾਨ ਜਿਹੜਾ ਇੱਥੇ ਬਣਾਇਆ ਇਹ ਪਕਰਮਾ ਜਿਹੜੀ ਆ ਇੱਥੋਂ ਦਾ ਸਮਾਨ ਨਾ ਕਰਨਾ ਪੜੀ ਦੀ ਇਹ ਮੰਦਿਰ ਜਿਹੜਾ ਇਹ ਪੂਰਾ ਚੰਬੇ ਦਾ ਸਮਾਨ ਹੈ ਵਾ ਵੀਰੀ ਮੱਲ ਮੇਸ਼ਾ ਰਾਖਸਾ 18 ਦਿਨਾਂ ਦਾ ਜੁੱਧ ਰੋਂਦਰੀਆ ਕੁਸ਼ੇ ਦੇਵਤੇ ਸ਼ਾਨੀ ਮਰਿਆ 18 ਦਿਨ ਲੜਦੀਆਂ ਰਹੀਆਂ ਉਹਦੇ ਬਾਅਦ ਉਹਨਾਂ 18 ਦਿਨਾਂ ਆਪਣੇ ਹਥਿਆਰ ਛੋੜੀ ਤੇ 18ਵੇਂ ਦਿਨ ਆਪਣਾ ਅਥਾ ਕਰਨਾ ਮਾਰਿਆ ਉਸལ་ ਸਾਰੇ ਦੇਵਤੇ ਫੁੱਲ ਵਰਸਾਏ ਮਾਤਾ ਰਾਣੀ ਅੱਜ ਹਲੇ ਜਤੂ ਸਾੜੀ ਕੁਲ ਦੇ ਵਿਵਕ ਮੇਸ਼ਾ ਸਾਸਾਤ ਮਾਕਸਿਕ ਹਨ ਮਾਰਨਾ ਕਰਨ ਗਿਆ ਮੱਲ ਮਾਤਾ ਅੱਛਾ ਤੇ ਐਸ਼ਾ ਮਾਤਾ ਦੀ ਵੱਡੀ ਭੈਣ ਹੈ ਪਿਛੇ ਮਹਾਕਾਲੀ ਹੈ ਜੰਬੇ ਦਾ ਦੀ ਇਹਨੂੰ ਲਿਆ ਪਏ ਮੈਂ ਤੋਲੇ ਪਾਣੀ ਜੁਤੇ ਰੋਣੀਆਂ ਤਾਂ ਮੀਂਹ ਦੇ ਕਹਣਾ ਜਾਣਾ ਇਹ ਤਰੇ ਪੈਣਾ ਇਕੱਠੀਆਂ ਮਹਾ ਲక్ష్ਮੀ ਮਹਾ ਕਾਲੀ ਮਹਾ ਸਰਸਤੀ ਮਹਾ ਲక్ష్ਮੀ ਵੀ ਇੱਜੇ ਪਿਛੇ ਮਹਾਕਾਲੀ ਵੀ ਸਰਸਤੀ ਵੀ ਤੇ ਇੰਦੀਆਂ ਤਰਾ ਸੰਘਾਸ ਨੇ ਥੱਲਾ ਪੂਰਾ ਸੰਘਾਸਣਾ ਸੰਘਾਸਣਾ ਉੱਪਰ ਸ਼ੇਰ ਹੈ ਸ਼ੇਰਾਂ ਉੱਪਰ ਮਲਮਾਤਾ ਪਿਛੇ ਮਹਾਕਾਲੀ ਉਹ ਸਰਸਤੀ ਇੰਦੀ ਖੰਡ ਜੋਤ ਜਤੂ ਦੀਆਂ ਪ੍ਰੋਜੈਕਟ ਹੋਰੀਆਂ ਨੇ ਜਤੂ ਦੀ ਚਲਾਤੀ ਹੈ ਉਹ ਉਂਡਬਿਸਰਾ ਰਤੀ ਕਿਛੇ ਜਾਇ ਤੇ ਨਾ ਬਈ ਹੋਣੀ ਐ ਇਹਦੇ ਚਰਨ ਅਗਿਆ ਅੰਦਰ ਦਰਸ਼ਨ ਕਰਦੇ ਇਹੋ ਨੇ ਬੋਰਡ ਦੇ ਕਾਰਨ ਬੋਰਡ ਵਾਲੇ ਅੰਦਰ ਨਹੀਂ ਜਾਣ ਦਿੰਦੇ ਤਾਂ ਚਰਨਾ ਸੀ ਇੱਥੇ ਲਿਆਉਣੇ ਦਾ ਮਾਤਾ ਦਰਸ਼ਨ ਕਰਾ ਦੇ ਚਰਨ ਦਰਸ਼ਨ ਅੱਛਾ ਮੇਲਾ ਵਗੈਰਾ ਕੋਈ ਵੀ ਸੁਖਣਾ ਕਰੋ ਕੋਈ ਸੱਚੀ ਚੀਜ਼ ਜਰੂਰ ਤੋਂ ਹੋਵੇ ਤੁਸੀਂ ਤਾਂ ਇੱਥੇ ਚੁੰਨੀ ਜਾਂ ਤਾਂ ਗੱਬੜਨਾ ਤੋਂ ਜਿਲ੍ਹਾ ਤੁਹਾਡੀ ਆਸਾ ਪੂਰੀ ਹੋ ਜਾਣੀ ਐ ਦੇਖੋ ਰੋ ਇੱਥੇ ਚੁੰਨੀ ਦੇ ਤੱਕ ਚੁੰਨੀ ਬਣਦਾ ਜਾਂਦਾ ਗਵਰਨਾ ਜਾਂਦਾ ਗਵਰਨਾ ਹੋਇਆ ਤਾਂ ਪੂਰੀ ਆਸਾ ਹੋਇਆ ਉਸਲਾ ਧਾਗਾ ਖੋਲਣਾ ਦੇ ਚੁੰਨੀ ਬਣਦੀ ਹੋਇਆ ਤਾਂ ਚੁੰਨੀ ਬੋਲਣੀ ਅੱਛਾ ਸੁਖਣਾ ਤੁਸੀਂ ਕੋਈ ਵੀ ਸੁਕੋ ਪੂਰੀ ਕਰੀ ਜਾ ਵੀ ਲੈਣਾ ਨੀ ਛੋੜਦੀ ਲੈਣਾ ਤੁਸੀਂ ਨਹੀਂ ਦੇ ਸਕੋ ਤੁਹਾਡੇ ਬੱਚੇ ਜੀ ਹਾਂ ਵੀ ਉਸ ਕੋਲ ਲਾਣੀ ਜ਼ਰੂਰ ਅੱਛਾ ਤੇ ਕੋਈ ਮੇਲਾ ਵਗੈਰਾ ਇਸ 18 ਪਰ ਵਸਾਖੀ ਵਾਲਾ ਦਿਨ ਲੱਗਦਾ ਮੇਲੇ ਜਿਹੜੀ ਹੈ ਸਾਰੇ ਸੰਸਾਰ ਦੇ ਕੁਲ ਦੇਵੀ ਜਿੰਦੀ ਹੈ ਸਾਰਾ ਸੰਸਾਰ ਉਸ ਦਿਨ ਇਕੱਠਾ ਹੋ ਜਾਂਦਾ ਰਾਤੋਂ ਦੀ ਜਗਰਾਤਾ ਹੁੰਦਾ ਸਵੇਰ ਆ ਚੱਲਣਾ ਤੇ ਵਸਾਖੀ ਵਾਲਾ ਦਿਨ ਔਰ ਜਿਹੜੇ ਜਿਲੇ ਪਵਿੱਤਰ ਰਾਤੇ ਆਉਂਦੇ ਨੇ ਤੇ ਉਸ ਵੇਲੇ ਵੀ ਇੱਥੇ ਲਗਾਤਾਰ ਚੱਲਦੀ ਯਾਤਰਾ ਯਾਤਰਾ ਚੱਲਦੀ ਰਹਿੰਦੀ ਤੇ ਐਤਵਾਰ ਮੰਗਲਵਾਰ ਵੱਡੀ ਯਾਤਰਾ ਹੁੰਦੀ ਹੈ ਅੱਛਾ ਹਾਂ ਤੇ ਇਆਂ ਹਫ਼ਤੇ ਦਾ ਕਿਹੜਾ ਦਿਨ ਇੱਥੇ ਜ਼ਿਆਦਾ ਰਸ਼ ਹੁੰਦਾ ਆ ਤੇ ਵੀ ਮੰਗਲਵਾਰ ਐਤਵਾਰ ਮੰਗਲਵਾਰ ਐਤਵਾਰ ਮੰਗਲਵਾਰ ਮੰਦਰਾ ਦੇ ਕੋਈ ਖੁੱਲਣੇ ਦਾ ਜਾਂ ਬੰਦ ਹੋਣੇ ਦਾ ਕੋਈ ਸਮੇਂ ਹੈ ਹਾਂ ਮੰਦਿਰ ਦਾ ਸਵੇਰਾ 4:30 ਵਜੇ ਮੰਦਿਰ ਖੁੱਲਦਾ 4:30 ਵਜੇ ਅੱਛਾ ਬੜ ਲਾ ਬੜ ਲਾ ਤੇ ਸ਼ਾਮੀ ਕੀ ਪੂਰੇ ਪੂਰਾ ਦਿਨ ਖੁੱਲ ਰਹੁੰਦਾ ਰੋ 9 ਵਜੇ ਰਾਤੀਂ ਇਸੇ ਜਾਉਣੀ ਨੇ ਵੀਰੇ ਅੱਛਾ ਹਾਂ ਪੂਰਾ ਦਿਨ ਖੁੱਲ ਰਹੁੰਦਾ ਤੋਂ ਪੁਚਾਰੀ ਸਵੇਰਾ ਹੁੰਦੇ ਹਾਂ ਦੇ ਕੁਦੇ ਬਾਅਦ ਵੀ ਦੂਗੇ ਪਜਾਰੀ ਆਂਦੇ ਇੱਕ ਵੇ ਜਾਵਾਲਾ ਅਸੀਂ ਪੂਰਾ ਸ਼ਿੰਗਾਰ ਕਰਨੀ ਆ ਇਹ ਤੁਸੀਂ ਦਿਖਾ ਕਰਦੇ ਹੋ ਕਿ ਮਾਂ ਦੇ ਪਰਿਸਰ ਚ ਜਾਂ ਮਾਂ ਦਾ ਬੇੜਾ ਇਹ ਤੁਸੀਂ ਨੌ ਗ੍ਰਹਿ ਜਿਹੜੇ ਨਾ ਉਹ ਤੁਸੀਂ ਦਿਖਾ ਕਰ ਕਰਦੇ ਹੋ ਇਹ ਨਵੇਂ ਗ੍ਰਹਿ ਦੀ ਜਿਹੜੀ ਮੂਰਤੀਆਂ ਦੀ ਜਿਹੜੀ ਹੁੰਦੀ ਸਥਾਪਨਾ ਹੈ ਇੱਥੇ ਬਾਹਰ ਕੀਤੀ ਗਈ ਦੀ ਹੈ ਤੇ ਇਹ ਅਵਣਕੁੰਡਾ ਹੈ ਇਹਦੀ ਹੈ ਬੁਤੀ ਹੁੰਦੀ ਹੈ ਜਿਹੜਾ ਵੀ ਬੋਲੀ ਨਹੀਂ ਸਕਦਾ अच्छा हां ये जो माता की भूति है ना जो हवन होता है यहां रामनवमी को इस भूति में अच्छा रामनवमी होता है इस भूति में इतना हुआ है कि जो बोल नहीं सकता है ये भूति तीन बार खाने से माता की कृपा से कृपा से बोल स, बोल सकता है आ, और कोई आंख बगैर गोली दिख नहीं सकता वही मतलब आंख चढ़ाओ चांदी दी आंख चढ़ाओ कि आस्था भक्तन दी आस्था है कि तुस दिखदेगा हो कि भक्त जिस चीज आस्था ਆਪਣੇ ਦਿਲਾਂ ਚ ਮੰਨੀ ਲੈਂਦੇ ਨੇ ਤੇ ਫੀ ਉਹ ਆਸਥਾ ਜਿਹੜੀ ਹੁੰਦੀ ਪੂਰੀ ਹੁੰਦੀ ਹੈ ਲੇਕਿਨ ਆਸਥਾ ਰੱਖਣੀ ਪਉਂਦੀ ਹੈ ਔਰ ਸ਼ੁੱਧ ਮਨ ਕਰਨਾ ਹੈ ਪਵਿੱਤਰ ਮਨ ਕਰਨਾ ਹੈ ਉਹਦੀ ਆਰਾਧਨਾ ਕਰਨੀ ਪਉਂਦੀ ਹੈ ਫੀ ਜਈਏ ਉਹ ਆਸਥਾ ਜਿਹੜੀ ਹੈ ਉਹ ਮਜ਼ਬੂਤ ਹੁੰਦੀ ਹੈ ਔਰ ਉਹਦੀਆਂ ਮਨੋ ਕਾਮਨਾ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਮਾ ਸੁਕਰਾਲਾ ਜੀ ਦਾ ਇਹ ਕੁੰਡ ਹੈ ਆਖਿਆ ਜਾਂਦਾ ਹੈ ਕਿ ਮਾਤਾ ਇਸ ਕੁੰਡਾ ਚ ਗਿਆ ਸ਼ਨਾਣ ਕਰਦੀਆਂ ਆਂ ਔਰ ਮਾਨਤਾ ਐਸੀ ਹੈ ਕਿ ਇਹ ਕੁੰਡੇ ਜਿਹੜਾ ਇਹ ਪਾੜੀ ਦੇ ਉੱਪਰ ਇਹ ਕੁੰਡ ਬਣਦਾ ਹੈ 700 ਲਗਭਗ 700 ਸਾਲ ਪੁਰਾਣਾ ਇਹ ਮੰਦਿਰ ਜਿਹੜਾ ਮਾਂ ਸੁਕਰਾਲਾ ਦਾ ਦੱਸਿਆ ਜਾਂਦਾ ਔਰ 700 ਸਾਲ ਪੁਰਾਣਾ ਹੈ ਇਹ ਕੁੰਡ ਹੈ ਜਿੱਥੇ ਲਗਾਤਾਰ ਜਿਹੜਾ ਪਾਣੀ ਹੈ ਉਹ ਉੰਗਾ ਉਹਨੇ ਪਾਣੀ ਆਇਆ ਕੁੱਥੂ ਹੈ ਇਹ ਵੀ ਬੜੀ ਇੱਕ ਚਬਾਤਾਲੀ ਗੱਲ ਹੈ ਪਰ ਮੰਨਤ ਹੈ ਕਿ ਇਸ ਪਾਣੀ ਕੰਨਾ ਅਗਰ ਨਾ ਆ ਜਾ ਤਾਂ ਸਰੀਰ ਉੱਪਰ ਜਿਹੜੇ ਵੀ ਕਸ਼ਟ ਇਨਸਾਨ ਉੱਪਰ ਹੁੰਦੇ ਨੇ ਐਸੀ ਮੰਨਤ ਹੈ ਕਿ ਉਹ ਦੂਰ ਹੋ ਜਾਂਦੇ ਨੇ ਇੱਥੋਂ ਦੇ ਮਕਾਮੀ ਜਿਹੜੇ ਪੰਡਤ ਨੇ ਹੁੰਦੇ ਕਹਿੰਦੇ ਗੱਲਬਾਤ ਹੋਈ ਹੈ ਉਹਨੇ ਦੱਸਿਆ ਕਿ ਇਹ ਪਾਣੀ ਜਿਹੜੇ 12 ਦਾ ਦੇਸਾਂ ਦੀਆਂ ਦੁਨੀਆਂ ਦੇ ਰਾਸਤੇ ਤਮਾ ਲੋਕ ਇੱਥਾ ਹੁੰਦੇ ਨੇ ਉਹ ਉਹ ਇੱਥੋਂ ਇੱਕੜਾ ਜਲ ਜਿਹੜਾ ਹੈ ਉੱਥੋਂ ਪਰ ਇਹ ਲੈ ਜਾਂਦੇ ਨੇ ਔਰ ਆਪਣੇ ਘਰੇ ਚ ਰੱਖਦੇ ਨੇ ਕਿ ਕਿ ਇਹ ਪਵਿੱਤਰ ਜਲ ਜਿਹੜਾ ਹੈ ਕਿ ਜਿਸ ਵੇਲੇ ਉਹ ਸਵੇਰਾ ਇਸ਼ਨਾਨ ਕਰਦੇ ਨੇ ਤੇ ਬੂੰਦਾਂ ਇਸ ਪਾਣੀ ਦੀਆਂ ਉਸ ਇਸ਼ਨਾਨ ਵਾਲੇ ਪਾਣੀ ਵਿੱਚ ਪਾਉਂਦੇ ਨੇ ਉਸ ਕੰਨੇ ਇਸ਼ਨਾਨ ਕਰਦੇ ਨੇ ਮੰਨਿਆ ਤਾਏ ਹੈ ਕਿ ਇਸ ਪਾਣੀ ਦੀਆਂ ਬੂੰਦਾਂ ਪਾਣੀ ਕਰਨੇ ਗਏ ਇਨਸਾਨ ਦੇ ਕਈ ਜਿਹੜੇ ਕਸ਼ਟਨ ਉਹ ਦੂਰ ਹੋ ਹੀ ਜਾਂਦੇ ਨੇ ਇਹ ਬਲੀ ਕੁੰਡ ਹੈ ਇਥੇ ਬੱਕਰੀਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਕੀ ਮਤਵ ਹੈ ਕੀ ਇਤਿਹਾਸ ਹੈ ਇਸ ਦੇ ਪਿੱਛੇ ਪੰਡਤ ਜੀ ਸਾਰੇ ਕਹਿੰਦੇ ਨੇ ਤਾਂ ਪੰਡਤ ਜੀ ਇਸ ਕੁੰਡ ਦੇ ਬਾਰੇ ਥੋੜਾ ਦੱਸਿਓ ਜੀ ਮੈਨੂੰ ਇਹ ਕੁਝ 60 ਸਾਲ ਹੋਈਏ ਬਲੀ ਬੰਦੂ ਦੇ ਇੱਥੇ ਪਹਿਲੇ ਬੱਕਰੇ ਚੜਦੇ ਸੀ ਅੱਛਾ ਮਾਦਾ ਚੜਾਈ ਇੱਥੇ ਅੱਛਾ 7 ਸਾਲ ਹੋਇਆ ਬੰਦ ਹੋਈ ਬੰਦ ਹੋ ਗਿਆ 60 ਸਾਲ ਹੋਈ ਉਹਦੇ ਵਿੱਚ ਜਿੰਦੇ ਚੜਾਉਂਦੇ ਨਾ ਵੱਡੇ ਨਾ ਮੰਦਾ ਅੱਛਾ ਤੇ ਇਹ ਜਿਹੜਾ ਕੁੰਡ ਚ ਜਿਹੜੀ ਇਹ ਬਣੇ ਦਾ ਗੱਤਿਆ ਪਣਾ ਦਾ ਇਹ ਕੀ ਹੈ ਇਹ ਕੁੰਡ ਹੈ ਬਲੀਕੁੰਡਿਸ ਬੋਲਦੇ ਬਲੀਕੁੰਡ ਅੱਛਾ ਇਸੇ ਪਰਦੇ ਕਹਦੇ ਕੰਨ ਇਹ ਖੂਨ ਪਾंदे ਦੇ ਜੇ ਖੂਨ ਨੇ ਹਪਰੋਂਦਾ ਹੈ ਅੱਛਾ 700 ਬੱਕਰਾ ਕੱਢੋ ਖੂਨ ਪਾਓ ਪਰੋਂਦਾ ਨਹੀਂ ਆ ਪਾਣੀ ਕੁਲੇਟਰ ਪਾਉਂਦੇ ਪਰੋਂਦਾ ਅੱਛਾ 100 ਤੋਂਸਾ ਅਗਰ ਬੱਕਰਾ ਕੋਈ ਕੱਟੋ ਤੇ ਉਹਦਾ ਖੂਨ ਪਾਓ ਤੇ ਇਹ ਕੁੰਡ ਪਰੋਝਦਾ ਨਹੀਂ ਹੈ ਪਰ ਪਾਣੀ ਤੋਂ 1 ਕਲੀਟਰ ਪਾਈਡੋ ਇਹਦੇ ਚ ਤੇ ਕੁੰਡ ਜਿਹੜਾ ਉਪਰੋ ਚੀ ਜਾਂਦਾ ਜਿਸਲੇ ਮਾਤਾ ਦੇ ਦਰਸ਼ਨ ਕਰੀ ਆਓ ਵਾਪਸੀ ਪਰਦੇ ਮੱਥਾ ਰੇਖਦੇ ਸੇ ਚੜਾਣਾ ਕੁਛ ਨਹੀਂ ਹੁੰਦਾ ਸਿਰ ਮੱਥਾ ਟੇਕਣਾ ਯਾਤਰਾ ਸਫਲ ਹੁੰਦੀ